ਬਹੁਤ ਬਹੁਤ ਸਵਾਗਤ ਹੈ ਝੋਨੇ ਦੀ ਐਮਐਸਪੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਪੰਜਾਬ ਸਰਕਾਰ ਦੇ ਉੱਪਰ ਇਲਜ਼ਾਮ ਲਗਾਏ ਨੇ ਐਡਵੋਕੇਟ ਜਨਰਲ ਆਫ ਪੰਜਾਬ ਦੇ ਹਵਾਲੇ ਦੇ ਨਾਲ ਰਾਜਾ ਵੜਿੰਗ ਨੇ ਇਲਜ਼ਾਮ ਲਗਾਏ ਨੇ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਝੋਨੇ ਦੀ ਐਮਐਸਪੀ ਸਮਾਪਤ ਕਰਨ ਦੀ ਮੰਗ ਕੀਤੀ ਹੈ ਤੇ ਇਸ ਨੂੰ ਲੈ ਕੇ ਸੂਬੇ ਦੇ ਸੀਐਮ ਭਗਵੰਤ ਮਾਨ ਜੋ ਕਿ ਇਸ ਵੇਲੇ ਐਮਪੀ ਦੇ ਵਿੱਚ ਨੇ ਪਰ ਟਵੀਟ ਕਰਕੇ ਰਾਜਾ ਵੜਿੰਗ ਦੇ ਇਸ ਇਲਜ਼ਾਮ ਦਾ ਜਵਾਬ ਦਿੱਤਾ ਹੈ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਲਿਖਿਆ ਹੈ ਕਿ ਕਾਂਗਰਸੀ ਬਿਆਨ ਦੇਣ ਦੇ ਵਿੱਚ ਕਾਲੀ ਨਾ ਕਰਨ ਇਸੇ ਨੇ ਹੀ ਕਾਂਗਰਸ ਡੋਬੀ ਹੈ ਭਗਵੰਤ ਮਾਨ ਨੇ ਅੱਗੇ ਲਿਖਿਆ ਹੈ ਕਿ ਸੂਬਾ ਸਰਕਾਰ ਚ ਝੋਨੇ ਦੀ ਐਮਐਸਪੀ ਖਤਮ ਨਹੀਂ ਕਰਨਾ ਚਾਹੁੰਦੀ ਬਲਕਿ ਬਾਕੀ ਫਸਲਾਂ ਦੇ ਉੱਪਰ ਵੀ ਕੇਂਦਰ ਸਰਕਾਰ ਨੂੰ ਐਮਐਸਪੀ ਦੇਣ ਦੀ ਮੰਗ ਕੀਤੀ ਹੈ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਇਸ ਮਸਲੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਡੱਲਾ ਸਾਹਿਬ ਕੀ ਹੈ ਪੂਰਾ ਮਾਮਲਾ ਤੇ ਝੋਨੇ ਦੀ ਐਮਐਸਪੀ ਨੂੰ ਲੈ ਕੇ ਹੁਣ ਸਿਆਸਤ ਹੋ ਰਹੀ ਹੈ ਕਿਵੇਂ ਦੇਖਦੇ ਹੋ ਇਸ ਟਵੀਟ ਦੇ ਉੱਪਰ ਜੋ ਸਿਆਸੀ ਜੰਗ ਹੋ ਰਹੀ ਹੈ ਜਗਦੀਸ਼ ਜੀ ਗੱਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦੇ ਨੇ ਉਹਨਾਂ ਦਾ ਟਵੀਟ ਬੜਾ ਵਾਇਰਲ ਹੁੰਦਾ ਹੈ ਉਹਦੇ ਵਿੱਚ ਉਹ ਲਿਖਦੇ ਨੇ ਮਿੱਠੇ ਪੋਚੀਆਂ ਦੀ ਆੜ ਥੱਲੇ ਤੁਹਾਡੇ ਨਾਲ ਧੋਖਾ ਕੀਤਾ ਜਾ ਰਿਹਾ ਪੰਜਾਬੀਓ ਸੋ ਜਿਹੜੀ ਭਾਸ਼ਾ ਸੀ ਰਾਜਾ ਵੜਿੰਗ ਦੀ ਉਹ ਸਪਸ਼ਟ ਇਸ਼ਾਰਾ ਕਰਦੀ ਸੀ ਕਿ ਜਿਵੇਂ ਸਰਕਾਰ ਨੇ ਕਿਹਾ ਕਿ ਐਮਐਸਪੀ ਖਤਮ ਕਰੋ ਉਹ ਕਹਿੰਦੇ ਨਵੇਂ ਏਜੀ ਸਾਹਿਬ ਨੇ ਸੁਪਰੀਮ ਕੋਰਟ ਨੂੰ ਝੋਨੇ ਦੀ ਐਮਐਸਪੀ ਖਤਮ ਕਰਨ ਦੀ ਅਪੀਲ ਕੀਤੀ ਹੈ ਪੰਜਾਬ ਨੂੰ ਡੂੰਗੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਸੋ ਕੀ ਭਗਵੰਤ ਮਾਨ ਜੀ ਇਸ ਤਰ੍ਹਾਂ ਪੰਜਾਬ ਦੇ ਅੱਖਾਂ ਦੀ ਹੱਕਾਂ ਦੀ ਰਾਖੀ ਕਰ ਰਹੇ ਉਹਨਾਂ ਨੇ ਸਵਾਲ ਖੜਾ ਕੀਤਾ ਤੇ ਐਸਵਾਈਐਲ ਦਾ ਵੀ ਜ਼ਿਕਰ ਕੀਤਾ ਤੇ ਕਹਿੰਦੇ ਪਹਿਲਾਂ ਐਸਵਾਈਐਲ ਕੱਢਣ ਤੋਂ ਮਨਾ ਕਰਨ ਦੀ ਬਜਾਏ ਬੈਠ ਕੇ ਹੱਲ ਕੱਢਣ ਦੀ ਦਲੀਲ ਤੇ ਹੁਣ ਸ਼ਰਿਆਂ ਮੈਂ ਐਮਐਸਪੀ ਖਤਮ ਕਰਨ ਲਈ ਕਹਿਣਾ ਇੱਕ ਤਰੀਕੇ ਨਾਲ ਰਾਜਾ ਵੜਿੰਗ ਦਾ ਜਿਹੜਾ ਇਲਜ਼ਾਮ ਹੈ ਇਹ ਬਹੁਤ ਜ਼ਿਆਦਾ ਗੰਭੀਰ ਸੀ ਔਰ ਤੁਰੰਤ ਪਲਟਵਾਰੇ ਦੇ ਤੇ ਕੀਤਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਮੱਧ ਪ੍ਰਦੇਸ਼ ਦੇ ਵਿੱਚ ਚੋਣ ਪ੍ਰਚਾਰ ਚ ਰੁੱਝੇ ਹੋਏ ਨੇ ਭਗਵੰਤ ਮਾਨ ਪਰ ਉਹਨਾਂ ਦੀ ਪੂਰੀ ਨਜ਼ਰ ਪੰਜਾਬ ਤੇ ਆ ਪਰ ਉਹਨਾਂ ਨੇ ਇੱਕ ਐਫੀਡੇਵਟ ਵੀ ਜਿਹੜਾ ਹੈ ਆਪਣੇ ਟਵੀਟ ਦੇ ਵਿੱਚ ਸਾਂਝਾ ਕੀਤਾ ਹੈ ਭਗਵੰਤ ਮਾਨ ਨੇ ਭਗਵੰਤ ਮਾਨ ਕਹਿੰਦੇ ਰਾਜਾ ਵੜਿੰਗ ਜੀ ਪੰਜਾਬੀਆਂ ਨੂੰ ਗੁੰਮਰਾਹ ਨਾ ਕਰੋ ਇਹ ਪੰਜਾਬ ਸਰਕਾਰ ਦਾ ਪੱਖ ਐਫੀਡੇਵਟ ਹੈ ਸੁਪਰੀਮ ਕੋਰਟ ਵਿੱਚ ਕਿ ਝੋਨੇ ਦੇ ਵਾਂਗ ਹੋਰ ਫਸਲਾਂ ਤੇ ਵੀ ਐਮਐਸਪੀ ਦਿਓ ਇਹ ਵੀ ਕਿਹਾ ਭਗਵੰਤ ਮਾਨ ਨੇ ਕਹਿੰਦੇ ਬਸਾਂ ਦੀਆਂ ਬਾੜੀਆਂ ਦੀ ਚਿੱਠੀ ਅਤੇ ਸੁਪਰੀਮ ਕੋਰਟ ਚ ਪੰਜਾਬ ਦੇ ਪੱਖ ਚ ਚਿੱਠੀ ਚ ਫਰਕ ਹੁੰਦਾ ਹੈ ਭਗਵੰਤਬਾਨ ਕਹਿੰਦੇ ਕਾਂਗਰਸ ਕਾਲੀਆਂ ਨਹੀਂ ਡੋਬੀ ਹੈ ਹੁਣ ਇੱਥੇ ਗੱਲ ਬੜੀ ਹੈਰਾਨੀ ਵਾਲੀ ਆ ਜਗਦੀਸ਼ ਜੀ ਜੇ ਮੈਂ ਇਹਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰਾਂ ਮੈਨੂੰ ਲੱਗਦਾ ਹੈ ਰਾਜਾ ਵੜਿੰਗ ਕਾਂਗਰਸ ਦੇ ਲੀਡਰ ਕਾਲੀ ਕਰਗੇ ਹਾਲਾਂਕਿ ਉਹਨਾਂ ਨੇ ਕੁਝ ਨਿਊਜ਼ ਕਟਿੰਗ ਨਾਲ ਨੱਥੀ ਕੀਤੀਆਂ ਸੀ ਆਪਣੇ ਟਵੀਟ ਦੇ ਪਰ ਮੈਨੂੰ ਲੱਗਦਾ ਪੰਜਾਬੀ ਦੀ ਖੇਤੀਬਾੜੀ ਔਰ ਪੰਜਾਬੀ ਦੇ ਮਸਲਿਆਂ ਨੂੰ ਬਹੁਤ ਸਾਰਾ ਮੀਡੀਆ ਦਾ ਹਿੱਸਾ ਹੈ ਜਿਹੜਾ ਬਹੁਤ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦਾ ਵੈਸੇ ਵੀ ਸਿਆਣੇ ਕਹਿੰਦੇ ਨੇ ਕਿ ਕਾਲੀ ਨਹੀਂ ਕਰਨੀ ਚਾਹੀਦੀ ਸੋ ਇਸ ਟਵੀਟ ਦਾ ਮਤਲਬ ਇਹ ਸੀ ਕਿ ਭਗਵੰਤ ਮਾਨ ਦੀ ਸਰਕਾਰ ਤੇ ਇਲਜ਼ਾਮ ਲਾਤਾ ਰਾਜਾ ਵੜਿੰਗ ਨੇ ਕਿ ਪੰਜਾਬ ਸਰਕਾਰ ਐਮਐਸਪੀ ਖਤਮ ਕਰਨ ਦੀ ਵਕਾਲਤ ਕਰ ਰਹੀ ਹੈ ਝੋਨੇ ਤੇ ਜਦ ਕਿ ਇਹ ਸੰਭਵ ਹੀ ਨਹੀਂ ਹੈ ਪੰਜਾਬ ਚ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਕਿਸਾਨ ਲੀਡਰ ਕਦੀ ਇਹ ਨਹੀਂ ਕਰ ਸਕਦਾ ਕਿ ਐਮਐਸਪੀ ਖਤਮ ਕਰੋ ਕਿਸਾਨ ਜੱਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦਾ ਤਾਂ ਅੰਦੋਲਨ ਚੱਲ ਰਿਹਾ ਹੈ ਕਿ ਕੇਂਦਰ ਸਰਕਾਰ ਐਮਐਸਪੀ ਦਾ ਕਾਨੂੰਨ ਬਣਾਵੇ ਜਦੋਂ ਭਗਵੰਤ ਮਾਨ ਐਮਐਸਪੀ ਦੇ ਕਾਨੂੰਨ ਦੀ ਵਕਾਲਤ ਕਰਦੇ ਨੇ ਜਦੋਂ ਭਗਵੰਤ ਮਾਨ ਦੀ ਸਰਕਾਰ ਐਮਐਸਪੀ ਦੇ ਕਾਨੂੰਨ ਦੀ ਵਕਾਲਤ ਕਰਦੀ ਹੈ ਕਿ ਕੇਂਦਰ ਨੂੰ ਐਮਐਸਪੀ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਜਦੋਂ ਕਿਸਾਨ ਜੱਥੇਬੰਦੀਆਂ ਐਮਐਸਪੀ ਦੇ ਕਾਨੂੰਨ ਲਈ ਲੜ ਰਹੇ ਨੇ ਤੇ ਇਹ ਕਿੱਦਾਂ ਸੰਭਵ ਹੈ ਕਿ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ 'ਚੇ ਕਵੇ ਕਿ ਤੁਸੀਂ ਐਮਐਸਪੀ ਦੇਣਾ ਬੰਦ ਕਰ ਦਿਓ ਮੈਨੂੰ ਲੱਗਦਾ ਹੈ ਕੋਈ ਵੀ ਵਿਅਕਤੀ ਹੋਵੇ ਭਾਵੇਂ ਉਹ ਐਡਵੋਕੇਟ ਜਨਰਲ ਦੇ ਦਫਤਰ ਦਾ ਵਿਅਕਤੀ ਹੋਵੇ ਭਾਵੇਂ ਕੋਈ ਪੋਲਿਟੀਕਲ ਕਰਦਾਰ ਹੋਵੇ ਪੰਜਾਬੀ ਹਰ ਇੱਕ ਪੰਜਾਬੀ ਇਹ ਗੱਲ ਨੂੰ ਸਮਝਦਾ ਜਗਦੀਸ਼ ਜੀ ਕਿ ਐਮਐਸਪੀ ਤੋਂ ਬਿਨਾ ਪੰਜਾਬ ਦੀ ਖੇਤੀ ਬਹੁਤ ਔਖੀ ਹੈ ਅਸੀਂ ਤਾਂ ਜਦੋਂ ਕਣਕ ਤੇ ਝੋਨੇ ਦੇ ਮੁੱਲ 'ਚ ਕੇਂਦਰ ਵਾਅਦਾ ਕਰਦਾ ਅਸੀਂ ਤਾਂ ਉਹਦੇ ਤੇ ਬੋਨਸ ਮੰਗਦੇ ਹਾਂ ਕਿ ਐਮਐਸਪੀ ਬਹੁਤ ਘੱਟ ਦਿੱਤਾ ਔਰ ਦੂਸਰਾ ਐਮਐਸਪੀ ਬਹੁਤ ਵੱਡੀ ਲੋਡ ਹੈ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਰਾਜਾ ਵੜਿੰਗ ਜੀ ਔਰ ਕਾਂਗਰਸ ਦੇ ਹੋਰ ਲੀਡਰ ਇਸ ਗੱਲ ਦੀ ਮੰਗ ਚੱਕਣ ਕਿ ਕੇਂਦਰ ਸਰਕਾਰ ਝੋਨੇ ਦੇ ਨਾਲ-ਨਾਲ ਪ੍ਰਾਣੀ ਦੀ ਪ੍ਰਾਲੀ ਦੀ ਰਹਿਣ ਖੁੰਦ ਸੰਭ ਲਈ ਵੀ ਐਮਐਸਪੀ ਦੇਣ ਜਾਂ ਪੰਜਾਬ ਦੇ ਵਿੱਚ ਪ੍ਰਾਲੀ ਮੰਡੀਆਂ ਬਣਾਈਆਂ ਜਾਣ ਜਿੱਥੇ ਜਿਵੇਂ ਕਿਸਾਨ ਝੋਨਾ ਮੰਡੀ ਚ ਦੇਖੀ ਆਂਦਾ ਐ ਇਸੇ ਤਰ੍ਹਾਂ ਉਹ ਪ੍ਰਾਲੀ ਮੰਡੀ ਦੇ ਵਿੱਚ ਆਪਣੀ ਪ੍ਰਾਲੀ ਰੱਖੇ ਤੇ ਸਰਕਾਰ ਪ੍ਰਾਲੀ ਸਾਂਭਣ ਦਾ ਉਹਨੂੰ ਪੈਸਾ ਦੇਵੇ ਤੇ ਸਰਕਾਰ ਉਸ ਪ੍ਰਾਲੀ ਨੂੰ ਉਦਯੋਗਾਂ ਨੂੰ ਦੇਵੇ ਤੇ ਹੋਰ ਜ਼ਰੂਰਤਮੰਦ ਦੀਆਂ ਜਿਹੜੀਆਂ ਇਕਾਈਆਂ ਨੇ ਉੱਥੇ ਆਪਣੇ ਖਰਚੇ ਤੇ ਭੇਜੇ ਤੇ ਕਿਸਾਨਾਂ ਨੂੰ ਪਰਾਲੀ ਦਾ ਮੁਆਵਜ਼ਾ ਦਵੇ ਤਾਂ ਕਿ ਅੱਗ ਨਾ ਲਾਉਣੀ ਪਵੇ ਔਰ ਕਿਸਾਨ ਨੂੰ ਚਾਰ ਪੈਸੇ ਉਸ ਫਸਲ ਦੀ ਰਹਿਣ ਖੁੰਦ ਤੋਂ ਮਿਲਣ ਸਾਨੂੰ ਸਾਰਿਆਂ ਨੂੰ ਪਤਾ ਹੈ ਜਗਦੀਸ਼ ਜੀ ਕਿ ਪਰਾਲੀ ਦੀ ਰਹਿਣ ਖੁੰਦ ਉਦਯੋਗ ਦੇ ਵਿੱਚ ਵੱਖ-ਵੱਖ ਤਰ੍ਹਾਂ ਨਾਲ ਉਹਦੀ ਜ਼ਰੂਰਤ ਹੈ ਇਸ ਕਰਕੇ ਪਰਾਲੀ ਦੀ ਜਿਹੜੀ ਰਹਿਣ ਖੁੰਦ ਹੈ ਉਹ ਅਗਰ ਪੰਜਾਬ ਸਰਕਾਰ ਵੀ ਪਰਾਲੀ ਮੰਡੀਆਂ ਬਣਾਵੇ ਤੇ ਬਹੁਤ ਚੰਗੀ ਗੱਲ ਹੈ ਅਸੀਂ ਪਰਾਲੀ ਸਾਂਭ ਸਕਦੇ ਹਾਂ ਪਰ ਜ਼ਰੂਰਤ ਉਹਦੇ ਲਈ ਇਹ ਹੈ ਕਿ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਪੰਜਾਬ ਨੂੰ ਪੈਸਾ ਦੇਵੇ ਘੱਟੋ ਘੱਟ 15-20 ਹਜ਼ਾਰ ਕਰੋੜ ਪੰਜਾਬ ਦੀ ਸਰਕਾਰ ਨੂੰ ਦਿੱਤਾ ਜਾਵੇ ਕੇਂਦਰ ਸਰਕਾਰ ਵੱਲੋਂ ਤਾਂ ਕਿ ਪੰਜਾਬ 'ਚ ਅਸੀਂ ਪ੍ਰਾਲੀ ਮੰਡੀਆਂ ਬਣਾਈਏ ਔਰ ਪੰਚਾਇਤਾਂ ਨੂੰ ਅਸੀਂ ਨਾਲ ਜੋੜ ਕੇ ਪੰਚਾਇਤਾਂ ਦੀ ਮਦਦ ਦੇ ਨਾਲ ਇਹ ਪ੍ਰਾਲੀ ਮੰਡੀਆਂ ਬਣਾਈਆਂ ਜਾ ਸਕਦੀਆਂ ਨੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਪ੍ਰਾਲੀ ਮੰਡੀਆਂ ਦਾ ਸੋ ਆਉਂਦੇ ਸਮੇਂ 'ਚ ਜ਼ਰੂਰ ਇਹ ਇੱਕ ਸਿਆਸੀ ਮੰਗ ਵੀ ਬਣੂਗੀ ਔਰ ਭਵਿੱਖ ਦੀਆਂ ਸਰਕਾਰਾਂ ਨੇ ਉਹ ਪ੍ਰਾਲੀ ਮੰਡੀਆਂ ਬਣਾਉਣ ਬਾਰੇ ਸੋਚਣਗੇ ਇਹਦੇ ਨਾਲ ਜਿੰਨਾ ਸਮਿਆਂ ਦੇ ਵਿੱਚ ਪ੍ਰਾਲੀ ਹੈ ਉਸ ਵੇਲੇ ਇੱਥੇ ਪ੍ਰਾਲੀ ਸਾਂਭੀ ਜਾਵੇ ਔਰ ਬਾਕੀ ਸਾਲ ਇੱਥੇ ਜਿਹੜੀਆਂ ਸਾਡੀਆਂ ਫਸਲਾਂ ਨੇ ਸਬਜ਼ੀਆਂ ਨੇ ਉਹ ਸਾਂਭੀਆਂ ਜਾਣ ਸੋ ਇਹ ਬਹੁਤ ਲੰਬਾ ਵਿਸ਼ਾ ਹੈ ਕਿਸੇ ਸਮੇਂ ਦੇ ਤੇ ਗੱਲ ਕਰਾਂਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਨੇ ਬੜਾ ਸਟਿਕ ਜਵਾਬ ਦਿੱਤਾ ਹੈ ਕਿ ਕਾਲੀ ਨਹੀਂ ਕਰਨੀ ਚਾਹੀਦੀ ਵਿਰੋਧੀ ਧਿਰ ਦੇ ਲੀਡਰਾਂ ਨੂੰ ਵੀ ਸੋ ਜਗਦੀਸ਼ ਜੀ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਕਿ ਪੰਜਾਬ ਦੇ ਲੀਡਰਾਂ ਦੀ ਜਿਹੜੀ ਸਿਆਸੀ ਰੱਸਾ ਕਸੀ ਹੈ ਜਿਹੜੀ ਸਿਆਸੀ ਕਾਲ ਹੈ ਕਿ ਅਸੀਂ ਸਰਕਾਰ ਨੂੰ ਘੇਰ ਲਈਏ ਵਿਰੋਧੀ ਧਿਰਾਂ ਦੀ ਕਾਹ ਲੈ ਵੀ ਅਸੀਂ ਸਰਕਾਰ ਨੂੰ ਘੇਰ ਲਈਏ ਤੇ ਅਕਸਰ ਇਸ ਕਾਲੀ ਕਾਲੀ ਦੇ ਵਿੱਚ ਕਈ ਵਾਰੀ ਮੁੱਦੇ ਨੇ ਜਿਹੜੇ ਉਹ ਰਲਗੜ ਹੋ ਜਾਂਦੇ ਨੇ ਪਰ ਇਸ ਮੁੱਦੇ ਨੇ ਬਹੁਤ ਵੱਡੀ ਦੁਚਿੱਤੀ ਪੈਦਾ ਕੀਤੀ ਹੈ ਇਸੇ ਤਰ੍ਹਾਂ ਪਹਿਲਾਂ ਐਸਵਾਈਐਲ ਤੇ ਵਿਰੋਧੀ ਧਿਰਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੁਪਰੀਮ ਕੋਰਟ ਚ ਕਿਹਾ ਕਿ ਵਿਰੋਧੀ ਧਿਰਾਂ ਨਹੀਂ ਐਸਵਾਈਐਲ ਨਹਿਰ ਬਣਨ ਦੰਦੀਆਂ ਜਦ ਕਿ ਭਗਵੰਤ ਮਾਨ ਨੇ 1 ਨਵੰਬਰ ਦੀ ਡਿਬੇਟ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਹੁਣ ਜ਼ਰੂਰਤ ਇਸ ਗੱਲ ਦੀ ਹੈ ਜਗਦੀਸ਼ ਜੀ ਕੇ ਵਿਰੋਧੀ ਧਿਰਾਂ 1 ਨਵੰਬਰ ਦੀ ਡਿਬੇਟ ਦੇ ਵਿੱਚ ਸ਼ਾਮਲ ਹੁੰਦੀਆਂ ਅਗਰ ਉਹ 1 ਨੰਬਰ ਦੀ ਡਿਬੇਟ 1 ਨਵੰਬਰ ਦੀ ਡਿਬੇਟ 'ਚ ਨਹੀਂ ਗਈਆਂ ਤੇ ਭਗਵੰਤ ਮਾਨ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਸੀ ਉਸ ਦਿਨ ਮੰਚ 'ਤੇ ਕਿ ਕਿਵੇਂ ਪਿਛਲੀਆਂ ਸਰਕਾਰਾਂ ਐਸਵਾਈਐਲ ਤੋਂ ਪੰਜਾਬ ਨੂੰ ਮੁਕਤ ਨਹੀਂ ਕਰ ਸਕੀਆਂ ਪੰਜਾਬ ਨੂੰ ਪਾਣੀਆਂ ਦਾ ਹੱਕ ਨਹੀਂ ਦਿਵਾ ਸਕੀਆਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿਵਾ ਸਕੀਆਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਦਿਵਾ ਸਕੀਆਂ ਇਸ ਕਰਕੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ 'ਚ ਪੌਣੇ 3 ਲੱਖ ਕਰੋੜ ਦਾ ਪੰਜਾਬ ਕਰਜ਼ਈ ਹੋਇਆ। ਭਗਵੰਤਮਾਨ ਨੇ ਇਹ ਵੀ ਦੱਸਤਾ 2012 ਤੋਂ 22 ਤੱਕ ਲਗਭਗ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜਿਆ। ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਵਿਰੋਧੀ ਬਿਨਾਂ ਠੋਸ ਸਬੂਤਾਂ ਦੇ ਮੁੱਦੇ ਚੱਕਦੇ ਨੇ ਉਹਦੇ ਨਾਲ ਉਹਨਾਂ ਨੂੰ ਸਿਆਸੀ ਘਾਟਾ ਬਹੁਤ ਪੈਂਦਾ ਹੈ ਮੈਨੂੰ ਲੱਗਦਾ ਹੈ। ਜਿਹੜੀ ਭਗਵੰਤਮਾਨ ਨੇ ਗੱਲ ਕਰਤੀ ਉਹਨਾਂ ਨੇ ਟਵੀਟ ਟਵੀਟ ਦੇ ਵਿੱਚ ਐਫੀਡੇਵਿਟ ਦਾ ਉਹ ਹਿੱਸਾ ਵੀ ਪੋਸਟ ਕਰਤਾ। ਸੋ ਮੈਨੂੰ ਲੱਗਦਾ ਇਹਦੇ ਨਾਲ ਬਹੁਤ ਹੀ ਨਮੋਸ਼ੀ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਰੋਧੀ ਧਿਰਾਂ ਨੂੰ ਸੋ ਵਿਰੋਧੀ ਧਿਰਾਂ ਵੀ ਪੂਰੇ ਠੋਸ ਤੱਥਾਂ ਦੇ ਆਧਾਰ ਦੇ ਉੱਤੇ ਸਰਕਾਰ ਨੂੰ ਕੇਰਨ ਤਾਂ ਹੀ ਵਿਰੋਧੀ ਧਿਰਾਂ ਆਪਣੀ ਅਸਲ ਭੂਮਿਕਾ ਨਿਭਾ ਸਕਣਗੀਆਂ ਨਹੀਂ ਤਾਂ ਭਗਵੰਤ ਮਾਨ ਆંકੜਿਆਂ ਦੇ ਨਾਲ ਤੱਥਾਂ ਦੇ ਨਾਲ ਵਿਰੋਧੀ ਧਿਰਾਂ ਨੂੰ ਪਸਤ ਕਰਦਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਥਿਤੀਆਂ ਬਣੀਆਂ ਹੋਈਆਂ ਨੇ